ਯਾਰ ਭਾਜੀ ਤੁਸੀਂ ਯਾਰ ਤਿਆਰ ਹੀ ਨਹੀਂ ਹੋਈਆਂ ਹਜੇ ਤੱਕ, ਭਾਜੀ ਇੱਕ ਮਿੰਟ ਹੋਲਡ ਕਰਿਓ, ਭਾਜੀ ਇੱਕ ਮਿੰਟ ਯਾਰ ਤੁਸੀਂ ਕਰਦੀਆਂ ਕੀ ਪਈਆਂ? ਹੁਣ 4 ਫੋਨ ਆ ਗਏ ਉਹਨਾਂ ਦੇ, ਨੰਬਰ ਵੀ ਤੁਸੀਂ ਮੇਰਾ ਹੀ ਦੇ ਆਏ ਆ, ਵਿਆਹ ਯਾਰ ਉਹਦਾ ਵਾ, ਤੁਸੀਂ ਨੰਬਰ ਮੇਰਾ ਦੇ ਆਏ, ਮੈਨੂੰ ਤੁਹਾਡੀ ਉਸ ਗੱਲ ਦੀ ਸਮਝ ਲੱਗਣ ਦੀ। ਭਾਜੀ ਹੈਲੋ 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 ਭਾਜੀ ਇੱਕ ਮਿੰਟ, ਛੇਤੀ ਕਰੋ ਛੇਤੀ ਕਰੋ। ਹੈਲੋ, ਮੈਂ ਕਿਹਾ ਮੇਰੇ ਸੁਰਮਾ ਵੀ ਪਾ ਦਿਓ ਯਾਰ, ਸੀਰਾ ਬੰਨ ਗਈਆਂ, ਮੁੜ ਕੇ ਪਤਾ ਨਹੀਂ ਕਿੱਥੇ ਚਲ ਗਈਆਂ ਯਾਰ। ਫੋਨ ਜਾਣਾ ਤੁਸੀਂ ਹੋਈ ਫਿਰ ਜੀ, ਮੈਂ ਕਿਹਾ ਪਕੌੜੇ ਕਢਾ ਕੇ ਲਿਆਂਦੇ। ਅਸ਼ੋਕ ਤੁਸੀਂ ਮਾਮੇ ਆਏ ਸੀਗੇ, ਮਾਮਿਆਂ ਨੂੰ ਦੇ ਰਹਿੰਦੇ, ਮੈਂ ਕੌਣ ਹੁੰਦਾ, ਗਿਣਤੀ ਭੁਲਾ ਤੀ। ਉੱਪਰ ਕਾ ਤੁਸੀਂ ਫਿਰਦਾ ਹੈ ਭਾਜੀ? ਦੋ ਗੱਡੀਆਂ ਕਹੀਆਂ ਸੀਗੀਆਂ, ਇੱਕ ਟੈਂਪੂ ਡਰਾਈਵਰ ਕਹੀ ਸੀ, ਇੱਕ ਨੋਵਾ ਕਹੀ ਸੀ। ਓ ਭਾਜੀ ਉਹ ਬਲਾਵਲ ਪਿੰਡ ਆ, ਰਾਵਲ ਪਿੰਡ ਆ, ਰਾਵਲ ਪਿੰਡ ਭਾਜੀ, ਰਾਵਲ ਉਹ ਕਿਸੇ ਹੋਰ ਨਹੀਂ ਹੋਊਗੀ, ਇਹ ਹੋਰ ਪਿੰਡ ਆ ਭਾਜੀ। ਭਾਜੀ ਤੁਸੀਂ ਗੱਡੀਆਂ ਭੇਜੋ ਯਾਰ, ਸਾਡੇ ਰਿਸ਼ਤੇਦਾਰ ਸਾਰੇ ਤਿਆਰ ਹੋਏ ਪਏ ਆ, ਅਸੀਂ ਤੁਰਨਾ ਹੀ ਆ ਭਾਜੀ, ਸਾਰਾ ਕੰਮ ਹੋ ਚੁੱਕਾ। ਫੁੱਫੜੀ ਮੇਰੀ ਤਲਵਾਰ ਤੇ ਨਹੀਂ ਦੇਖੀ ਕਿਤੇ? ਪੂਰੇ ਵਿਆਹ 'ਚ ਇਹ ਤਾਂ ਪਤਾ ਨਹੀਂ ਆ ਫੁੱਫੜ ਹੈਗਾ ਵੀ ਕਿ ਨਹੀਂ। ਹੁਣ ਤਲਵਾਰ ਭਾਲ ਦੇ ਫੁੱਫੜ ਕੋਲੋਂ, ਇੱਕ ਤੇ ਫੇਰ ਗਿਣਤੀ ਭੁਲਾ ਦਈਏ, ਕਦੀ ਵੱਡਾ ਆ ਜਾਂਦਾ ਕਦੀ ਨਿੱਕਾ ਆ ਜਾਂਦਾ, ਤੰਗ ਨਾ ਕਰੋ ਜਦ ਮੈਂ ਪੂਰੇ ਨਹੀਂ ਗਿਣੇ। ਅੰਕਲ ਜੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਆਪਾਂ 10 ਵਜੇ ਦਾ ਟਾਈਮ ਹੀ ਆ। ਹਾਂਜੀ ਇੱਕ ਮਿੰਟ ਅੰਕਲ ਜੀ ਹੋਲਡ ਕਰਿਓ, ਇੱਕ ਮਿੰਟ ਗੱਲ ਸੁਣੀ ਸੁਣੀ, ਫੜਾ ਖੇਡਣ ਵਾਲੀ ਚੀਜ਼ ਆ। ਮੰਮੀ ਯਾਰ ਮੰਮੀ ਆਹ ਦੇਖ ਲਓ ਤੁਸੀਂ, ਆਹ ਜਾਗੋ ਦਾ ਕੀ ਹਾਲ ਕਰਤਾ, ਉੱਪਰਲੇ ਦਾ ਫੁੱਲ ਕਿੱਥੇ ਆ, ਨਾ ਡੰਡਾ ਲੱਭਣ ਦਿਆ, ਇੱਕ ਦਿਨ ਦਾ ਕਿਰਾਇਆ ਤੁਸੀਂ ਦਿਓ, ਮੈਂ ਨਹੀਂ ਦੇਣਾ, ਟੁੱਟੀ ਲੈਣੀ ਉਹਨਾਂ ਨੇ ਵਾਪਸ ਆਪਣੇ ਕੋਲੋਂ। ਤੇ ਚੰਗੇ ਯਾਰ ਤੁਸੀਂ ਨਿਆਣਿਆਂ ਨੂੰ ਦਿੱਤੀ ਖੇਡੇ, ਖੇਡਣ ਵਾਲੀ ਚੀਜ਼ ਆ, ਛੇਤੀ ਤਿਆਰ ਹੋਵੋ ਨਾਲੇ, ਤੁਸੀਂ ਛੇਤੀ ਤਿਆਰ ਹੋ ਜਾਓ, ਮੈਂ ਨਹੀਂ ਲੈ ਕੇ ਜਾਣਾ, ਮੈਂ ਇਕੱਲੇ ਨਹੀਂ ਚੱਲ ਜਾਣਾ ਵਾ, ਉਹ ਫੋਨ ਮੈਨੂੰ ਕਰੀ ਜਾਂਦੇ ਆ। ਭਾਜੀ ਮੈਂ ਕਿਹਾ ਜੇ ਗੱਡੀ ਤਿਆਰ ਹੋ ਗਈ ਆ ਨਾ ਤੇ ਭਾਜੀ ਫੇਰ ਭੇਜ ਦਿਓ। ਭਾਜੀ ਗੱਡੀ ਤੋਂ ਹੀ ਬੈਠੇ ਆ ਅਸੀਂ, ਸਾਡਾ ਸਾਰਾ ਟੱਬਰ ਤਿਆਰ ਹੋਇਆ ਬੈਠਾ ਭਾਜੀ। ਤੁਸੀਂ ਭਾਜੀ ਮੈਨੂੰ ਟਾਈਮ ਦਿੱਤਾ ਜੀ, ਤੁਸੀਂ ਕਿਹਾ 7:30 ਵਜੇ ਭਾਜੀ ਗੱਡੀ ਲੈ ਜਿਓ, ਭਾਜੀ ਟਾਈਮ ਤੇ ਦੇ ਲਓ। ਮੈਂ ਕਿਹਾ 9 ਵੱਜ ਗਏ ਭਾਜੀ, ਲਾਵਾਂ ਵੀ ਕਰਾਉਣੀਆਂ ਵਾ, ਉਹ ਭਾਜੀ ਉਹ ਬੋਲਣ ਦੇ ਸਾਨੂੰ, ਫਿਰ ਤੁਹਾਡੇ ਕੋਲ ਫਾਸੀ ਗਏ ਭਾਜੀ ਅਸੀਂ ਗੱਡੀ ਦੇ ਕੇ, ਆਪ ਤਿਆਰ ਕਰ ਲੈਂਦੇ ਸਾਡੇ ਕੋਲ ਵਾਧੂ ਬੋਲੀ, ਕਹਿੰਦੇ ਤੈਨੂੰ ਤੇਰੀ ਡਿਊਟੀ ਦਾ ਪਤਾ ਨਾ ਯਾਰ, ਫਿਰ ਇਹੀ ਤਾਂ ਗੱਲਾਂ ਵਾ, ਤੁਸੀਂ ਵਿਆਹ ਹੀ ਵੇਖਣਾ ਆਏ ਆ, ਕੋਈ ਕੰਮ ਦੀ ਜ਼ਿੰਮੇਵਾਰੀ ਤਾਂ ਸਮਝੀ ਨਹੀਂ। ਜਿੰਨੇ ਹਾਰ ਆ ਮਿਲਣੀ ਵਾਲੇ ਤੂੰ ਲੈ ਕੇ ਜਾਣੇ ਆ, ਪੁੱਛ ਲਾ ਮੰਮੀ ਨੂੰ ਕਿੱਥੇ ਪਏ ਆ, ਉਹਨਾਂ ਨੇ ਜਿੰਨੇ ਕੰਬਲ ਦੇਣੇ ਆ ਉਹ ਤੂੰ ਗੱਡੀ 'ਚ ਰੱਖ ਕੇ ਤੂੰ ਲੈ ਕੇ ਆਉਣੇ, ਮੈਂ ਨਹੀਂ ਵੇਖਣਾ। ਓ ਯਾਰ ਮੈਂ ਅੱਗੇ ਪਾਗਲ ਹੋਇਆ, ਫਿਰ ਇਹਨਾਂ ਨੇ ਮੇਰਾ ਨੰਬਰ ਦਿੱਤਾ ਉਹਨਾਂ ਨੂੰ, ਮੈਨੂੰ ਹੀ ਫੋਨ ਕਰੀ ਜਾਂਦੇ, ਤੁਹਾਡਾ ਪਾਪਾ ਵੀ ਵਿਹਲਾ ਬੈਠਾ ਵਾ, ਉਹਨੂੰ ਵੀ ਕਿਸੇ ਨੇ ਫੋਨ ਕੀਤਾ, ਸਾਰੇ ਮੈਨੂੰ ਹੀ ਫੋਨ ਕਰੀ ਜਾਂਦੇ ਆ। ਯਾਰ ਮੇਰਾ ਗਲਾ ਵਹਿ ਗਿਆ, ਮੈਨੂੰ ਤਾਂ ਸਮਝ ਨਹੀਂ ਲੱਗਣ ਦੀ। ਵੱਡੇ ਜ਼ਿੰਮੇਦਾਰ ਬਣੀ ਫਿਰਦੇ ਆ, ਪੈਂਟ ਪਾਉਣ ਦਾ ਪਤਾ ਨਹੀਂ ਹੈਗਾ, ਨਿਆਣੇ ਜੇ ਵਿਆਹ ਕਰਾਂ ਤੁਰੇ ਇਕੱਲੇ। ਯਾਰ ਮੇਰੇ ਸੁਰਮਾ ਹੀ ਪਵਾ ਦਿੰਦੇ। ਓ ਯਾਰ ਇਹਦੇ ਵੱਡੇ ਕਾਲੇ ਦੇ ਕੋਈ ਸੁਰਮਾ ਪਾਓ ਯਾਰ, ਓ ਯਾਰ 4 ਵਾਰੀ ਆ ਗਿਆ ਭਾਬੀ, ਓ ਜਿਹੜਾ ਕੰਮ ਕਰਨ ਵਾਲਾ ਪਹਿਲਾਂ ਉਹ ਕਰ ਲਓ। ਮੰਮੀ ਤੁਰਨ ਦਾ ਟਾਈਮ ਆ, ਉਹਨੇ ਫੁੱਫੜ ਦੇ ਉਹਦੇ ਨਾਲ ਜਾਈ ਲੈ ਕੇ ਲੰਮਾ ਪੈ ਗਿਆ, ਕੋਈ ਗੱਲ ਤਾਂ ਪਤਾ ਲੱਗੇ, ਗੱਲ ਹੈ ਕਿ ਨਹੀਂ ਰਾਤ ਦੀਆਂ 2 ਬੋਤਲਾਂ ਪਲਾਈਆਂ ਨਾ ਯਾਰ, ਮੈਂ ਪਲਾਈਆਂ ਵਾ, ਤੁਸੀਂ ਉਹੀ ਗੱਲਾਂ ਕਰੀ ਜਾਂਦੇ, ਅੰਦਰ ਬੈਠਾ ਸੀ ਜਦੋਂ ਮੈਂ ਪਿਆਈਆਂ, ਫੇ ਉਹ ਕਹਿੰਦਾ ਮੇਰੀ ਸੇਵਾ ਪਾਣੀ ਨਹੀਂ ਕੀਤੀ, ਇਹਨੂੰ ਭੂਆ ਦੇਤੀ, ਇਹ ਅਜੇ ਨਹੀਂ ਮੰਨਣ ਦਿਆ, ਇਹਨੇ ਮੰਨਣਾ ਕਦੋਂ ਆ? ਫੁੱਫੜ ਜੀ, ਹੈ ਫੁੱਫੜ ਜੀ, ਮੈਂ ਕਹਿੰਦਾ ਫੁੱਫੜ ਜੀ ਕਹੋਗੇ, ਫੁੱਫੜ ਜੀ ਬੜੀ ਉੱਠੋ ਮਾੜਾ ਜਾ, ਉਹ ਨਹੀਂ ਭਗਵਾਨ ਨੂੰ ਲੈ ਜਾਓ ਆਪਣੀ ਪਿੱਛੇ ਰਾਖੀ ਰਹਿੰਦੀ ਹੈ, ਇੱਕ ਬੰਦਾ ਰਹੇ ਨਾ ਘਰੇ ਚੰਗਾ ਰਹਿੰਦਾ ਵਾ। ਫੁੱਫੜ ਜੀ ਮੇਰੀ ਗੱਲ ਸੁਣੋ, ਤੁਸੀਂ ਕਾਹਤੋਂ ਨਾਰਾਜ਼ ਹੋ ਬੈਠੇ ਆ? ਆ ਦੇ ਆਪਣੀ ਭੂਆ ਨੂੰ ਨੋਟ ਵਾਰਨ ਨੂੰ ਮੈਂ ਲਿਆਂਦੇ ਸੀਗੇ ਵਿਆਹ, ਮੈਂ ਚੱਲ ਵਾਰੂੰਗਾ। ਫੁੱਫੜ ਜੀ, ਫੁੱਫੜ ਜੀ ਇਹ ਤੁਸੀਂ ਵਾਰਨੇ ਆ, ਅਸੀਂ ਨਹੀਂ, ਨਾ ਮੈਂ ਭੂਆ ਨੂੰ ਫੜਾਉਣੇ ਆ, ਫਿਰ ਮੇਰੀ ਗੱਲ ਸੁਣ ਲਓ, ਜੇਬੀ 'ਚ ਪਾ ਲਓ, ਇਦਾਂ ਨਾ ਕਰੋ। ਮੇਰੇ ਹਜੇ ਸ਼ਿੰਦੇ ਨਾਲ ਗੱਲ ਕਰਨ ਹੀ ਦਿਆ ਸੀ, ਤੁਹਾਡੀ ਡਿਊਟੀ ਲਾਈ ਆ ਉੱਥੇ ਪੈਲਸ ਦੇ ਵਿੱਚ, ਜਿੰਨੀ ਸ਼ਰਾਬ ਆ ਨਾ ਤੁਸੀਂ ਉੱਥੇ ਬਹਿਣਾ, ਤੁਹਾਡੇ ਪੁਜਾਣੀਆਂ ਸਾਰੀਆਂ ਬੋਤਲਾਂ ਜਿੰਨੇ ਵੀ ਟੇਬਲ ਤੇ ਵਰਤਾਉਣੀਆਂ ਵਾ, ਮੇਰੀ ਉੱਠੋ, ਇਦਾਂ ਨਾਰਾਜ਼ ਨਾ ਹੋਵੋ, ਠੀਕ ਹੈ? ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ। ਉਹ ਫੁੱਫੜ ਜੀ ਫੇਰ ਤੁਸੀਂ ਉਹੀ ਗੱਲਾਂ ਕਿ ਇਦਾਂ ਦੀਆਂ ਨਾਰਾਜ਼ੀਆਂ ਕਰਨੀਆਂ, ਫਿਰ ਅਸੀਂ ਵਿਆਹ ਹੀ ਨਹੀਂ ਕਰਾਉਣਾ। ਗੱਲ ਮੁੱਕ, ਨਹੀਂ ਨਹੀਂ, ਉਹ ਬੀਬਾ ਘਰ ਦਾ, ਤੇਰੇ ਮੂੰਹ ਨੂੰ ਜਾਊਂਗਾ ਮੈਂ ਵਿਆਹ 'ਚ, ਤੇਰੇ ਕੋਈ ਟੱਬਰ 'ਚ ਕੋਈ ਮੂੰਹ ਨਹੀਂ ਲੱਗਾ ਮੈਨੂੰ। ਛੱਡੋ ਦੀ ਟੱਬਰ, ਉਹ ਲੱਗੇ ਨਾਨਕਿਆਂ ਵੱਲ, ਉਹਨਾਂ ਦੀ ਆਦਤ ਹੈ ਨਾ, ਉਹਨਾਂ ਦੀ ਆਦਤ ਹੈ ਨਾ, ਉੱਠ ਕੇ ਗੱਲ ਸੁਣੋ। ਤੋ ਉਥੇ ਮਿਲਣੀ ਦੇ ਵਿੱਚ, ਉਹ ਮਿਲਣੀ ਦੇ ਵਿੱਚ ਤੁਹਾਡਾ ਨਾਂ ਲਿਖਾਇਆ, ਤੇ ਛਾਪ ਵੀ ਪਾਉਣੀ, ਉਹ ਕਹਿੰਦੇ ਕਿ ਫੁੱਫੜ ਜੀ ਤਿਆਰ ਹੋ ਗਏ ਆ, ਉੱਠ ਕੀ ਰਜਾਈ ਲੈ ਕੇ ਇੱਕਾਂ ਬਹਿ ਕੇ ਤਾਂ ਬਿਮਾਰ ਹੁੰਨੇ ਆ। ਲੈ ਆ ਜੁੱਤੇ ਆ ਛਿੰਦੇ, ਮੰਮਿਆ ਸਾਰੇ ਤਿਆਰ ਹੋ ਗਿਆ, ਪਾ ਪੈਂਟ ਤੇ ਚੱਲੀਏ, ਮੈਂ ਤੇਰੇ ਨਾਲ ਜਾਣਾ ਗੱਡੀ 'ਚ, ਤੇ ਮੈਨੂੰ ਲਾ ਦੀ ਪੈਲਸ, ਮੈਂ ਰਾਖੀ ਕਰਾਂ ਫਿਰ ਦਾਰੂ ਦੀ ਬੋਰਾ ਦਾ, ਇੱਧਰ ਉੱਧਰ ਕਰ ਜਾਂਦੇ ਬਹਿਰੇ, ਠੀਕਾ? ਚੱਲ ਚੱਲੀਏ ਭੈਣ। ਮੈਂ ਕਿਹਾ ਮੰਮੀ ਕਿੱਥੇ ਆ? ਯਾਰ ਮੇਰੀ ਪੈਂਟ ਫੜਾਓ, ਮੈਨੂੰ ਮੇਰੀ ਪੈਂਟ ਦਾ ਹੀ ਨਹੀਂ ਪਤਾ ਲੱਗਾ, ਮੈਂ ਕਸ਼ੇ ਜੀ ਫਿਰੀ ਜਾਂਦਾ ਉਹਦਾ। ਫੁੱਫੜ ਜੀ ਨੂੰ ਦੱਸਿਆ ਵਾ ਵੀ ਮੈਂ ਇੱਥੇ ਤੁਰਿਆ ਫਿਰਦਾ, ਤੁਹਾਨੂੰ ਤਾਂ ਨਹੀਂ ਕੋਈ ਹੈਗਾ ਵਾ, ਤੁਸੀਂ ਬਸ ਆਪਣੇ ਉੱਥੇ ਹੀ ਦੇਖਿਆ ਵੀ ਮੂੰਹ ਨੂੰ ਕੂਚਾ ਲਵਾ ਲਿਆ ਤੇ ਗੱਲ ਮੁੱਕੀ, ਹੈ ਨਾ? ਮੰਮੀ ਕਿੱਥੇ ਆ? ਉਹ ਗੁਰਦਾਸਾ ਵੀ ਪਹੁੰਚ ਗਏ ਆ ਯਾਰ, ਇੱਥੇ ਉਹੀ ਗੱਲਾਂ ਲੇਟ ਹੋਈ ਜਾਂਦੇ ਆ, ਮੈਨੂੰ ਤਾਂ ਪਤਾ ਨਹੀਂ ਲੱਗਣ ਦਿਆ ਵਿਆਹ ਮੈਂ ਵੇਖਣਾ ਆ ਕਿ ਮੈਂ ਕੰਮ ਹੀ ਕਰੀ ਜਾਂਦਾ ਵਾ। ਤੂੰ ਖੜੀ ਨਹੀਂ ਕਰਦੀ ਵੀ ਚਲੋ ਫਿਰ ਮੈਂ ਲੈ ਕੇ, ਮੈਂ ਆਇਆ, ਮੈਂ ਫੁੱਫੜ ਜੀ ਨਾਲ ਆਇਆ, ਫੁੱਫੜ ਜੀ ਕਹਿੰਦੇ ਮੈਨੂੰ ਪਹਿਲੇ ਛੱਡ ਦੇ, ਮੈਂ ਉਹਨਾਂ ਨੂੰ ਛੱਡ ਕੇ ਫਿਰ ਮੈਂ ਉੱਥੇ ਪਹੁੰਚੂਗਾ ਗੁਰਦਾਸਾ ਸਾਹਿਬ। ਹਾਂ ਤੁਸੀਂ ਆਪਣਾ ਕੰਮ ਕਰੋ ਪਹਿਲਾਂ, ਜਿੰਨਾ ਵੀ ਨਿਪਟਾਉਣਾ ਨਿਪਟਾਓ। ਮੈਂ ਫੋਨ 'ਚ ਵੜਿਆ, ਪੈਸੇ ਹੈਗੇ ਵਾਰਨ ਨੂੰ, ਤੂੰ ਮੁੰਡੇ ਦਾ ਭਰਾ ਵਾ, ਕਿਸੇ ਨੇ ਦਿੱਤੇ ਨਹੀਂ ਫੁੱਫੜ ਜੀ ਮੈਨੂੰ, ਕਿਸੇ ਕੋਈ ਦਿੱਤਾ ਵੇਖ ਲੈ, ਆਇਆ ਫੁੱਫੜੀ ਕੰਮ ਤੁਹਾਡੇ ਅੱਡੇ 'ਚ, ਮੈਂ ਗਿੰਨੇ ਆ, ਠੀਕ ਆ? ਸਵੇਰ ਦੇ ਅੱਛਾ ਸ਼ਰਮਾਈ ਨਾ, ਲਵਾਰੀ ਜਾਈ, ਠੀਕ ਆ? ਚੱਲ ਪਹਿਲੇ ਚੱਲੀਏ।